अमर सिंह चमकीले बारे लोग जो मर्जी कह लैन, पर जो अमर सिंह चमकीले दे विच सी उह किसी ने वाचे ही नहीं अज तक। की गल होगी जटीए, चोली दियां तलियां ढिलियां ने, किहड़ा रंग डोल गया पेडू ते ललारी, हुण मैनूं दसो इस तों अगे की होएगा। कल दे वांगू नहीं तू झूल झूल के तुरदी ना, भन्नी लाल किले दी किहने अगली बारी, लुट ली दिल्ली किहने बाल दुपहरे दीवा नहीं, इस तों अगे की रह गया। तुसीं उहनूं विखा रहे हो अज, उह सामने स्क्रीन ते है, उदों शब्दां च सी। बड़ा दोनों गल्लां च बहुत फर्क है। अज उह सामने थोपिया जा रहा है, उदों समझी उहनूं आउंदा सी जिहनूं जरूरत सी, कितें होर नहीं मिलता सी, गीतां च हुंदा सी ते मोटर ते जाके पूरा हुंदा सी। सत श्री अकाल जी, मैं नवरीत सिविया अखर उत्ते तुहाडा स्वागत करदा। अज असीं पहुंचे हां मानसा। मानसा साढ़े नाल ने बाई अशोक बांसल। बठिंडे तो मानसा खासी वाट पै जांदा है, ते आउण दी एक खास वजह इह आ कि असीं बाई दे नाल गल्लबात कर सकगे, क्योंकि जिन्ना पुराना खजाना इन्हां कोले पिया है, पंजाबी गीतकारी नूं लै के, गायकी नूं लै के, संगीत नूं लै के, उन्हां पंजाब दे विच मिलना बहुत मुश्किल है। पर आउण दी एक खास वजह इह वी आ कि असीं समझ गए बाई तों कि अजकल बहुत इल्जाम लगदे आ कि यार अश्लीलता बहुत आ गई गीतां दे विच। पहलां गीतां दे बोल बहुत साफ सुथरे हुंदे सी, हुण अश्लीलता आ गई। पंजाबी गायकी ने सफ़र किवें तय किया है, हुण तक का जिहड़ा सफ़र आ उह किवें रहा? अज बाई दे जिवें उह मेले जांदे हुंदे आ ना, तां निक्के जवाक वड्डियां दे गधाड़े चढ़ जांदे आ, ऐ मोढ़ियां ते बहि के देखदे हुंदे आ। सो असीं आपदी सीमित समझ दे नाल इत्थे पहुंचे आ, ते बाई दे ज़रिए समझांगे वी ਕਿਵੇਂ ਦੇਖਦੇ ਆ ਪੰਜਾਬੀ ਗੀਤਕਾਰੀ ਨੂੰ, ਗਾਇਕੀ ਨੂੰ। ਬਾਈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਨਵਰੀਤ ਜੀ ਤੁਹਾਡਾ, ਤੁਸੀਂ ਬਠਿੰਡੇ ਤੋਂ ਚੱਲ ਕੇ ਇੱਥੇ ਆਏ ਹੋ, ਅਤੇ ਜਿਹੜੇ ਦਰਸ਼ਕ ਵੇਖ ਰਹੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਨ। ਬਾਈ ਜੀ, ਮੈਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹੀ ਆ ਵੀ ਤੁਹਾਡਾ ਜਿਹੜਾ ਸਫ਼ਰ ਆ ਬੜਾ ਲੰਬਾ ਹੈ, ਬੜੇ ਦੌਰ ਤੁਸੀਂ ਦੇਖੇ ਆ, ਅਤੇ ਇੱਕ ਤਾਂ ਹੁੰਦਾ ਵੀ ਬੰਦਾ ਉਹੀ ਦੇਖ ਲੈਂਦਾ, ਇੱਕ ਬੰਦਾ ਨਿਹਾਰਦਾ, ਫਿਰ ਉਹ ਦੇਖਦਾ ਵੀ ਇਹ 'ਚੋਂ ਕੀ ਚੰਗਾ ਕੀ ਮਾੜਾ, ਉਹ ਸਾਰਾ ਕੁਛ ਕੱਢਿਆ। ਕਿਤਾਬਾਂ ਵੀ ਲਿਖ ਰਹੇ ਹੋ ਤੁਸੀਂ ਇਹਨਾਂ ਸਾਰੇ ਸਭ ਕਸਦੇ ਬਾਰੇ, ਪਰ ਜਿਵੇਂ ਇੱਕ ਸ਼ਬਦ 'ਤੇ ਹੀ ਆਵਾਂ, ਅੱਜ ਇਹ ਕਿਹਾ ਜਾਂਦਾ ਕਿ ਗੀਤ ਸਾਫ਼ ਸੁਥਰੇ ਨਹੀਂ ਹੈਗੇ, ਹੁਣ ਪਰਿਵਾਰ 'ਚ ਨਹੀਂ ਸੁਣ ਸਕਦੇ, ਉਹਨਾਂ 'ਚ ਅਸ਼ਲੀਲਤਾ, ਇਹ ਗੱਲ ਸਮੇਂ ਸਮੇਂ 'ਤੇ ਉੱਠਦੀ ਹੈ, ਕਿਵੇਂ ਦੇਖਦੇ ਹੋ? ਇਹ ਕੋਈ ਪੰਜਾਬੀ ਗੀਤਕਾਰੀ 'ਚ ਜਾਂ ਗਾਇਕੀ 'ਚ ਨਵਾਂ ਰੁਝਾਨ ਹੈ ਜਾਂ ਪਹਿਲਾਂ ਵੀ ਇਹ ਚੱਲਦਾ ਰਿਹਾ? ਨਹੀਂ, ਇਹ ਮੁੱਢ ਕਦੀਮੋਂ ਹੀ ਹੈ। ਪਹਿਲਾਂ ਅਤੇ ਅੱਜ ਦਾ ਬੜਾ ਫਰਕ ਪੈ ਗਿਆ। ਉਹ ਫਰਕ ਕਿਸ ਚੀਜ਼ ਦਾ ਆ ਗਿਆ? ਪਹਿਲਾਂ ਤਾਂ ਸਾਡੇ ਕੋਲ ਸੋਰਸ ਆਫ ਇੰਟਰਟੇਨਮੈਂਟ ਹੀ ਹੈ ਨਹੀਂ ਸੀ। ਜੇ ਅਸੀਂ ਕਹੀਏ ਉਸ ਵੇਲੇ ਦੀ ਗੱਲ, ਜਦੋਂ ਦੀ ਤੁਸੀਂ ਸ਼ੁਰੂ ਕਰਨ ਲੱਗੇ ਹੋ, ਇੱਕ ਸਪੀਕਰ ਹੁੰਦਾ ਸੀ, ਉਹ ਵੀ ਪੰਜਾਂ ਸੱਤਾਂ ਪਿੰਡਾਂ 'ਚ ਇੱਕ ਹੁੰਦਾ ਸੀ, ਅਤੇ ਛੋਟੀਆਂ ਮੰਡੀਆਂ 'ਚ, ਛੋਟੇ ਕਸਬਿਆਂ 'ਚ ਸਿਨੇਮੇ ਕੋਈ ਨਹੀਂ ਸੀ ਹੁੰਦੇ, ਕੋਈ ਸੋਰਸ ਆਫ ਇੰਟਰਟੇਨਮੈਂਟ ਨਹੀਂ ਸੀ, ਮਹਿਜ ਇੱਕ ਸਪੀਕਰ ਸੀ ਜਿਹਦੇ 'ਚੋਂ ਗਾਣੇ ਸੁਣ ਕੇ ਲੋਕ ਆਪਣਾ ਇੰਜੋਏ ਕਰਦੇ ਸੀ। ਅੱਜ ਸਾਡੇ ਕੋਲ ਸੋਰਸ ਆਫ ਇੰਟਰਟੇਨਮੈਂਟ ਦੀ ਇੰਨੀ ਕੁ ਭਰਮਾਰ ਹੈ, ਜੇ ਅਸੀਂ ਮੋਬਾਈਲ ਲੈ ਕੇ ਬੈਠ ਜਾਈਏ 10-20 ਚੈਨਲ ਤਾਂ ਉਹਦੇ 'ਤੇ ਲੱਗ ਮਿਲ ਜਾਂਦੇ ਆ, ਟੀ ਵੀ ਔਨ ਕਰ ਲਈਏ 10-20 ਉਹਦੇ 'ਤੇ ਮਿਲ ਜਾਂਦੇ ਆ, ਸਾਨੂੰ ਨਾ ਤਾਂ ਕਿਤੇ ਬਾਹਰ 'ਤੇ ਸਪੀਕਰ 'ਤੇ ਜਾ ਕੇ ਸੁਣਨ ਦੀ ਜ਼ਰੂਰਤ ਹੈ, ਨਾ ਸਿਨੇਮੇ ਦੇ ਵਿੱਚ ਫਿਲਮ ਜਾ ਕੇ ਦੇਖਣ ਦੀ ਜ਼ਰੂਰਤ ਹੈ। ਇੰਨਾ ਕੁ ਫਰਕ ਪੈ ਗਿਆ, ਪਹਿਲਾ ਫਰਕ ਇਹ ਆ ਗਿਆ। ਦੂਸਰਾ ਫਰਕ ਕੀ ਆ ਗਿਆ? ਸਾਡੇ ਰਿਸ਼ਤਿਆਂ 'ਚ ਤਬਦੀਲੀ ਆ ਗਈ। ਜਿਹੜੇ ਉਸ ਵੇਲੇ ਦੇ ਰਿਸ਼ਤੇ ਸੀ, ਅੱਜ ਸਾਡੇ ਜੋ ਜਿਸ ਦੌ ਜਿਹੜਾ ਅੱਜ ਦੌਰ ਚੱਲ ਰਿਹਾ, ਇਹਦੇ 'ਚੋਂ ਮਾਸੀ, ਚਾਚੀ, ਭਰਜਾਈ, ਸਾਲੀ, ਜੇਠ, ਇੱਦਾਂ ਦੇ ਲਫ਼ਜ਼ ਮਨਫੀ ਹੋਣੇ ਸ਼ੁਰੂ ਹੋ ਚੁੱਕੇ ਹੈ। ਜਦੋਂ ਸਾਡੇ ਕੋਲ ਅੱਜ ਡਾਇਰੈਕਟ ਰਹਿ ਗਿਆ, ਠੀਕ ਹੈ ਜੀ, ਉਸ ਵੇਲੇ ਇੱਕ ਰਿਸ਼ਤੇ ਸੀ, ਸੀਮਤ ਹੋ ਗਏ ਰਿਸ਼ਤੇ, ਹੁਣ ਮਰਦ ਅਤੇ ਔਰਤ ਦਾ ਜਿਹੜਾ ਰਿਸ਼ਤਾ ਉੱਥੇ ਤੱਕ ਅਸੀਂ ਸੀਮਤ ਹੁੰਦੇ ਜਾਂਦੇ, ਇਹਦਾ ਅਸਰ ਫਿਰ ਜਿਹੜਾ ਉਹ ਗੀਤਕਾਰੀ ਜਾਂ ਗਾਇਕੀ 'ਚ ਨੈਚੁਰਲੀ ਪੈਣਾ ਹੀ ਪੈਣਾ। ਪਹਿਲਾਂ ਮੈਂ ਪਹਿਲੇ ਪੁਆਇੰਟ 'ਤੇ ਆਉਣਾ, ਤੁਸੀਂ ਕਿਹਾ ਵੀ ਪਹਿਲਾਂ ਸਪੀਕਰ ਲੱਗਦੇ ਸੀ ਸਪੀਕਰਾਂ 'ਚ, ਬਾਈ ਇੱਕ ਇਹ ਵੀ ਸੀਗਾ ਵੀ ਸਪੀਕਰ ਮੋਟਰਾਂ 'ਤੇ ਵੀ ਲਾਏ ਜਾਂਦੇ ਸੀ। ਕੋਈ ਸ਼ੱਕ ਨਹੀਂ, ਦੇਖੋ ਗੀਤ ਸੰਗੀਤ ਸਾਡੇ ਕੋਲ ਵਿਧਾਵਾਂ ਉਹਦੀਆਂ ਬਹੁਤ ਨੇ, ਵਿਛੋੜਾ ਵੀ ਹੈ ਇਹਦੇ 'ਚ, ਵਸਲ ਵੀ ਹੈ ਇਹਦੇ 'ਚ, ਲੋਕ ਤੱਥ ਵੀ ਇਹਦੇ 'ਚ, ਪੁਰਾਤਨ ਕਿੱਸੇ ਵੀ ਹੈ ਇਹਦੇ 'ਚ, ਕਿੱਸਾ ਕਾਵਿ ਵੀ ਹੈ, ਇਹ ਨਾਲ ਨਾਲ ਕਾਮਕ ਸੰਤ੍ਰਿਪਤੀ ਦਾ ਇੱਕ ਸੋਰਸ ਵੀ ਹੈ, ਠੀਕ ਹੈ। ਉਹ ਜਦੋਂ ਸਾਨੂੰ ਕਿਤੇ ਹੋਰ ਨਹੀਂ ਮਿਲਦਾ ਸੀ, ਗੀਤਾਂ 'ਚ ਹੁੰਦਾ ਸੀ ਅਤੇ ਉਹ ਮੋਟਰ 'ਤੇ ਜਾ ਕੇ ਪੂਰਾ ਹੁੰਦਾ ਸੀ, ਕਿਉਂਕਿ ਅਸੀਂ ਆਪਣੇ ਘਰ ਤਾਂ ਸੁਣ ਨਹੀਂ ਸਕਦੇ ਸੀ। ਜਿਹੜੀ ਤੁਸੀਂ ਅਸ਼ਲੀਲਤਾ ਦੀ ਗੱਲ ਕਰਦੇ ਹੋ, ਉਦੋਂ ਸਾਡੀ ਇੱਕ ਮਜਬੂਰੀ ਸੀ, ਲੋਕ ਉਹਦਾ ਇੰਜੋਏ ਕਰਦੇ ਸੀ। ਮੈਂ ਇੱਕ ਗੱਲ ਜਿਹੜੀ ਤੁਹਾਡੀ ਸਮਝ ਰਿਹਾ ਵੀ
अगे उत्थे जिहड़ा लोकां दा मतलब इंटरटेनमेंट दा जिहड़ा सार है बस साडी पीढ़ी इस शब्दां दी ना बई बहुत सौखी वरतों कर लैंदी आ, जिवें सैक्स हो गया है ना, भी अज दी जिहड़ी पीढ़ी है वह इहनूं एक नॉर्मल शब्द समझदी आ भी इंटरटेनमेंट दा मेन सोर्स आ, है ना। जिवें हुण जे इंटरटेनमेंट लभगे तां उहदा मूल तत् इह आ अज दी जिहड़ी उहदा जिन्नी भी इंटरटेनमेंट इंडस्ट्री जिहते खड़ी आ उहदा उह बंदे ते बुढ़ी दी उह क्रियोसिटी आ जिहनूं उह दिखाउंदे आ। तुसीं उहनूं विखा रहे हो अज सामने स्क्रीन ते है, उदों शब्दां च सी बड़ा, दोनों गल्लां च बहुत फर्क है। अज सामने थोपिया जा रहा है उदों समझ ही उहनूं आउंदा सी जिहनूं जरूरत सी। आ वी सी जिहड़ा कुनीन दा गोली सी ना कैप्सूल दे विच पाई हुई सी, मैं सीगा पहले ही मुढ़ कदीमू है, ये तो मुढ़ कदीमू है, कोई अज दा नहीं है। मैं जिवें पुराने साहित्य की गल करदा जदों आपां हीर च आपां देखदे हां खूबसूरती का जिक्र है, चाहे जिवें अपने बहुत वड्डे शायर होए बाबू राज बली खान साहब होए, उन्हां च जदों उह फिर सुच्चा सूरमा दे विच वर्णन करदे आ उत्थे भीरो दा, ते फिर उह मतलब पूरा उन्हां ने जचाक ही कीता जिहनूं पंजाबी च कहिंदे हां, उह है उह पिया कंटेंट। गीतकारी च तुसीं इहनूं किवें कुछ उदाहरणां दे के सानूं दस सकदे हो भी कित्थे इह पिया? ਗੀਤਕਾਰੀ ਤਾਂ ਥਾਂ ਥਾਂ 'ਤੇ ਹੀ ਪਿਆ। ਜਿਹਦੇ ਤੁਸੀਂ ਕਿੱਸਾ ਕਾਵਿ ਦੀ ਗੱਲ ਕਰਦੇ ਹੋ, ਤੁਸੀਂ ਸੁੱਚੇ ਸੂਰਮੇ ਦੀ ਗੱਲ ਕਰਦੇ ਹੋ, ਤਾਂ ਇੱਕ ਗੀਤ ਆਇਆ ਸੀ ਕਿ ਇੱਕ ਦਿਨ ਮਿਲ ਕੇ ਚਾਕ ਨੂੰ ਹੀਰ ਆਈ ਜਦ ਵੇਲੇ 'ਚੋਂ, ਮਿੱਠੋ ਨੈਣ ਮਸ਼ਕਰੀ ਕਰਕੇ ਗੱਲ ਉਚਾਰੀ, ਕੀ ਗੱਲ ਹੋ ਗਈ ਜੱਟੀਏ, ਚੋਲੀ ਦੀਆਂ ਤਲੀਆਂ ਢਿੱਲੀਆਂ ਨੇ, ਕਿਹੜਾ ਰੰਗ ਡੋਲ ਗਿਆ ਪੇਡੂ 'ਤੇ ਲਲਾਰੀ, ਹੁਣ ਮੈਨੂੰ ਦੱਸੋ ਇਸ ਤੋਂ ਅੱਗੇ ਕੀ ਹੋਏਗਾ। ਕੱਲ੍ਹ ਦੇ ਵਾਂਗੂ ਨਹੀਂ ਤੂੰ ਝੂਲ ਝੂਲ ਕੇ ਤੁਰਦੀ ਨਾ, ਭੰਨੀ ਲਾਲ ਕਿਲੇ ਦੀ ਕਿਹਨੇ ਅਗਲੀ ਵਾਰੀ, ਲੁੱਟ ਲਈ ਦਿੱਲੀ ਕਿਹਨੇ ਬਾਲ ਦੁਪਹਿਰੇ ਦੀਵਾ ਨਹੀਂ, ਇਸ ਤੋਂ ਅੱਗੇ ਕੀ ਰਹਿ ਗਿਆ? ਮੈਨੂੰ ਤਾਂ ਐਂ ਲੱਗਦਾ ਵੀ ਇਹ ਸਾਡੀ ਭਿੜੀ ਬਾਬਾ ਪਿੱਛੇ ਆ ਇਸ ਹਿਸਾਬ ਨਾਲ ਤਾਂ। ਮਿੱਤਰਾ ਵੇ ਤੇਰਾ ਤਾਂ ਨਦੀ ਦੇ ਪਾਰ ਡੇਰਾ ਮੇਰੇ, ਪੱਟ ਪੱਟ ਪਾਣੀ ਆਇਆ ਟੰਗਿਆ ਬਥੇਰਾ, ਤਾਂ ਵੀ ਘੱਗਰੇ ਦੀ ਵੇਲ ਆਉਣ ਭਿੱਜ ਗਈ। ਗੱਲ ਤਾਂ ਸਮਝਣ ਵਾਲੀ ਹੈ, ਜੇ ਕਿਤੇ ਸਿੱਧਾ ਵੀ ਸੀ ਆਮ ਲੋਕਾਂ ਦੇ ਸਮਝ ਨਹੀਂ ਸੀ ਆਉਂਦਾ। ਦੇਖੋ ਗੀਤ ਹੈ, ਰੱਖ ਸੂਰਜ ਸਰਾਣੇ ਪਾ ਕੇ ਰਾਤ ਗਲ ਬਾਹਵਾਂ, ਜੱਗ ਸੁੱਤਾ ਕੋਈ ਜਾਗਦਾ ਫੀਮੀ ਟਾਵਾਂ ਟਾਵਾਂ, ਕਿੰਨਾ ਇਹਦੇ 'ਚ ਸਾਹਿਤ ਗੁੰਦੇ ਹੈ। ਤੋ ਜਿਹੜੀ ਬਰੀਕ ਲਾਈਨ ਸੀ ਜਿਹੜੀ ਆਮ ਲੋਕਾਂ ਦੇ, ਮੈਨੂੰ ਖਿੱਚ ਲਿਆ ਚਬਾਰੇ ਵਿੱਚ ਬਾਂਹ ਫੜ ਕੇ, ਉਹ ਆਮ ਲੋਕਾਂ ਦੇ ਮੇਚ ਦੀ ਹੋ ਗਈ ਸੀ। ਮਤਲਬ ਚਬਾਰੇ 'ਚ ਹੁਣ ਕਿਉਂ ਕਿਉਂ ਖਿੱਚੂ ਰਾਤ ਨੂੰ ਚਬਾਰੇ 'ਚ ਆਉਂਦਾ ਕੀ ਮਤਲਬ? ਅਤੇ ਉਹ ਲੋਕਾਂ ਦੀ ਮਜਬੂਰੀ ਸੀ, ਉਹ ਲੇਖਕਾਂ ਦੀ ਵੀ ਮਜਬੂਰੀ ਸੀ ਕਿਤੇ ਨਾ ਕਿਤੇ ਲੋਕਾਂ ਦੇ ਹਾਣ ਦਾ ਬਣਾਉਣਾ, ਉਹਨਾਂ ਬੜੀਆਂ ਛੋਟੀਆਂ ਛੋਟੀਆਂ ਉਸ ਵੇਲੇ ਉਹਨਾਂ ਕੁਛ ਸਮਝ ਨਹੀਂ ਸੀ ਆਉਂਦਾ। ਇੱਕ ਗੀਤ ਸੀ, ਜਦੋਂ ਦੀ ਜਗੀਰੋ ਜੰਮ ਪੀ ਕਦੇ ਜੋੜ ਮੰਜੀਆਂ ਨਾ ਡਾਹੀਆਂ। ਹੁਣ ਜਦੋਂ ਬੰਦਾ ਕਹਿੰਦਾ ਵੀ ਜਦੋਂ ਦੀ ਜਗੀਰੋ ਜੰਮ ਪੀ ਕਦੇ ਜੋੜ ਮੰਜੀਆਂ ਨਾ ਡਾਹੀਆਂ, ਇੰਨੀ ਕੁ ਗੱਲ ਨੂੰ ਜਦੋਂ ਅਸੀਂ ਵਾਚਦੇ ਹਾਂ ਤਾਂ ਇੱਕ ਵੱਖਰੇ ਐਂਗਲ ਤੋਂ ਵਾਚੀ ਜਾਊਗੀ। ਜਦੋਂ ਗੀਤ ਦੀ ਅਸੀਂ ਪੂਰੀ ਘੋਗ ਕਰਾਂਗੇ ਗੀਤ ਹੈ ਕੀ, ਕਹਿੰਦਾ ਅਸੀਂ ਮੁੰਡੇ ਖੁੰਡੇ ਜਦੋਂ ਨਵੇਂ ਵਿਆਹੇ ਹੁੰਦੇ ਹਾਂ, ਜਾਪਦਾ ਏ ਜਾਣੀ ਕਿਤੇ ਮੇਲੇ ਆਏ ਹੁੰਦੇ ਹਾਂ, ਜਦੋਂ ਸਾਡੇ ਸਿਰ 'ਤੇ ਕਬੀਲਦਾਰੀ ਪੈ ਜੇ ਮੂੰਹ ਤੋਂ ਮੱਖੀਆਂ ਨਾ ਉੱਡਣ ਉਡਾਈਆਂ, ਜਦੋਂ ਦੀ ਜਗੀਰੋ ਜੰਮ ਪੀ ਕਦੇ ਜੋੜ ਮੰਜੀਆਂ ਨਾ ਡਾਹੀਆਂ। ਹੁਣ ਦੇਖੋ ਉਹ ਕਹਿੰਦੀ ਵਿਆਹ ਤੋਂ ਪਿੱਛੋਂ ਤਿੰਨ ਚਾਰ, ਕਿੱਡੀ ਵੱਡੀ ਗੱਲ ਹੈ ਸੁਣਨ ਵਾਲੀ ਹੈ ਨਵਰੀਤ ਜੀ, ਕਹਿੰਦੀ ਵਿਆਹ ਤੋਂ ਪਿੱਛੋਂ ਤਿੰਨ ਚਾਰ ਸਾਲ ਹਰ ਵਰੇ ਮੁੰਡੇ ਜੰਮੇ ਦੀਆਂ ਮਿਲਣ ਵਧਾਈਆਂ, ਮੁੰਡੇ ਦੀਆਂ ਵਧਾਈਆਂ ਮਿਲ ਰਹੀਆਂ, ਜਦੋਂ ਦੀ ਜਗੀਰੋ ਜੰਮ ਪੀ ਕਦੇ ਜੋੜ ਮੰਜੀਆਂ ਨਾ ਡਾਹੀਆਂ। ਜਿੱਦੇ ਕੁੜੀ ਪੈਦਾ ਹੋ ਗਈ, ਪਤੀ ਪਤਨੀ ਦਾ ਆਪਸੀ ਰਿਸ਼ਤੇ 'ਚ ਵੀ ਦੂਰੀ ਆ ਗਈ। ਗੱਲ ਉਹਨੇ ਕਿੱਡੀ ਬਰੀਕ ਕੀਤੀ ਹੈ ਕਿ ਲਾਜ ਰੱਖੀ ਰੱਬ ਨੇ ਸਬੱਬ ਚੰਗਾ ਭੇੜ ਕੇ, ਬੱਚਿਆਂ ਦੇ ਝੱਗੇ ਸਿਉਂ 'ਤੇ ਘੱਗਰਾ ਉਧੇੜ ਕੇ, ਸੁਹਾਗ ਪਟਿਆਰੀ ਵਾਲੀ ਡੱਬੀ ਵਿੱਚ ਕੱਲ੍ਹ ਲੂਣ ਮਿਰਚਾਂ ਰਗੜ ਕੇ ਪਾਈਆਂ ਵੇ, ਜਦੋਂ ਨੀ ਜਗੀਰੋ ਜੰਪੀ ਕਦੇ ਜੋੜ ਮੰਜੀਆਂ ਨਾ ਡਾਹੀਆਂ। ਪਰ ਆਹ ਤਾਂ ਇੰਨੀ ਲਾਈਨ ਸੁਣਦੇ ਹਾਂ ਵੀ ਜਦੋਂ ਦੀ ਜਗੀਰੋ ਜੰਪੀ, ਸਾਨੂੰ ਲੱਗਦਾ ਵੀ ਵਲਗਰਟੀ ਹੈ, ਠੀਕ ਹੈ, ਜਦੋਂ ਅਸੀਂ ਉਹਦੇ ਪੂਰਾ ਖੁੱਭਦੇ ਹਾਂ ਤਾਂ ਏਡੋ ਵੱਡਾ ਕਮਿਊਨਿਸਟ ਵਾਲੀ ਗੱਲ ਹੀ ਕੋਈ ਨਹੀਂ ਹੈ, ਇੱਕ ਆਮ ਪੇਂਡੂ ਕਿਰਸਾਨੀ ਦੀ ਗੱਲ ਹੋ ਰਹੀ ਹੈ। ਮਤਲਬ ਇਹ ਉਹ ਪਰ ਗੀਤਕਾਰ ਦੀ ਖੂਬੀ ਆ ਵੀ ਉਹ ਤੁਹਾਨੂੰ ਜਿਹੜੇ ਐਂਗਲ ਤੋਂ ਤੁਸੀਂ ਸੋਚਣਾ ਉਹ ਤੁਹਾਨੂੰ ਦੇ ਰਿਹਾ, ਉਹ ਤੁਹਾਨੂੰ ਦੇ ਰਿਹਾ, ਜਿਸ ਜਿਸ ਐਂਗਲ 'ਤੇ ਤੁਹਾਡੀ ਨਿਗਾਹ ਜਾਂਦੀ ਉਹਨੇ ਉਹ ਵੀ ਦੇਣਾ, ਉਹਨੇ ਆਪਣੇ ਦਿਲ ਦੀ ਗੱਲ ਵੀ ਉਹਦੇ 'ਚ ਗੁੰਦ ਕੇ ਦਿੱਤੀ ਹੈ। ਚੰਗਾ ਸਾਹਿਤ ਉਹੀ ਆ ਵੀ ਜਿਹ 'ਚ ਸਭ ਲਈ ਬਹੁਤ ਕੁਛ ਹੁੰਦਾ, ਇਹਦੇ 'ਚ ਸਭ ਲਈ ਆ ਜਿਹੜਾ ਬਹੁਤ ਕੁਛ ਹੈ। ਬਾਕੀ ਦੂਸਰੀ ਗੱਲ ਇਹ ਹੈ, ਹਰ ਬੰਦੇ ਨੂੰ ਆਪਣਾ ਯੁੱਗ ਵਧੀਆ ਲੱਗਦਾ ਹੈ। ਜਿਹੜੇ ਬੰਦੇ ਕੇ ਐੱਲ ਸਹਿਗਲ ਵੇਲੇ ਦੇ ਹੈ,
ਉਹ ਕਹਿੰਦੇ ਜੀ ਕੇ ਐਲ ਸਹਿਗਲ ਬਹੁਤ ਅੱਛਾ ਗਾਉਂਦਾ ਸੀ, ਉਹਦੇ ਵਰਗਾ ਮੁੜ ਕੇ ਕਿਸੇ ਨਹੀਂ ਗਾਇਆ। ਜੇ ਅਸੀਂ ਪੰਜਾਬੀਆਂ 'ਚ ਗੱਲ ਕਰੀਏ ਤਾਂ ਇਨਾਇਤ ਕੋਟੀਏ ਘੁਮਿਆਰ ਦੀ ਗੱਲ ਕਰਦੇ ਵੀ ਜੋ ਕਿੱਸਾ ਕਾਵਿ ਗਾ ਗਿਆ ਕਿਸੇ ਨੇ ਹੋਰ ਨਹੀਂ ਗਾਇਆ। ਸ਼ਾਇਦ ਉਹ ਸਾਡੀ ਜਨਰੇਸ਼ਨ ਨੂੰ ਸਮਝ ਨਹੀਂ ਆਉਂਦਾ। ਅਸੀਂ ਮੁਹੰਮਦ ਰਫੀ ਤੋਂ ਸ਼ੁਰੂ ਹੁੰਦੇ ਹਾਂ, ਅਸੀਂ ਅਮਰ ਸਿੰਘ ਸ਼ੌਂਕੀ ਤੋਂ ਸ਼ੁਰੂ ਹੁੰਦੇ ਹਾਂ, ਠੀਕ ਹੈ, ਸਾਨੂੰ ਉਹ ਵਧੀਆ ਲੱਗਦਾ। ਅਤੇ ਜਿਹੜੇ ਅੱਜ ਵਾਲੇ ਬੱਚੇ, ਇਹਨਾਂ ਨੂੰ ਇਹ ਵਧੀਆ ਲੱਗਣਾ, ਇਹਨਾਂ ਨੂੰ ਅਮਰ ਸਿੰਘ ਸ਼ੌਂਕੀ ਨਹੀਂ ਸਮਝ ਆਉਣਾ। ਹਰ ਹਰ ਯੁੱਗ ਨੂੰ ਆਪਦੇ ਉਹ ਜਿਹੜੇ ਹੈ ਨਾ ਸਿੰਗਰ ਪਿਆਰੇ ਆ। ਪਰ ਮੈਂ ਥੋੜ੍ਹਾ ਹੋਰ ਵੀ ਆਉਣਾ ਵੀ ਜਿਵੇਂ ਇੱਕ ਦੌਰ ਆਇਆ ਜਿਹਦੇ ਵਿੱਚ ਜਿਵੇਂ ਸਿੰਗਰ ਰਹੇ ਜਿਵੇਂ ਕਿ ਕੁਲਦੀਪ ਮਾਣਕ ਰਹੇ, ਮੁਹੰਮਦ ਸਦੀਕ ਰਹੇ, ਇਸ ਦੌਰ ਦੇ ਵਿੱਚ ਤੁਸੀਂ ਕੁਛ ਕੁ ਉਦਾਹਰਨਾਂ ਦੇ ਵੀ ਦਿੱਤੀਆਂ, ਹੋਰ ਕਿਹੜੇ ਇਹੋ ਜਿਹੇ ਜਾਂ ਬਾਕੀ ਜਿਹੜੇ ਸਿੰਗਰ ਸੀਗੇ, ਕਿਵੇਂ ਗੱਲ ਹੋ ਰਹੀ ਸੀ? ਇੱਕ ਦੌਰ ਆਇਆ ਕਿਉਂਕਿ ਇਸੇ ਚੀਜ਼ ਜਿਵੇਂ ਅਮਰ ਸਿੰਘ ਚਮਕੀਲੇ ਦਾ ਜਿਹੜਾ ਸੀ, ਜੇ ਸਭ 'ਚ ਸੀ ਤਾਂ ਅਮਰ ਸਿੰਘ ਚਮਕੀਲੇ ਦੇ ਵਿਰੋਧ ਦਾ ਕਾਰਨ ਇਹ ਸੀ ਕਿ ਉਹ ਲਾਊਡ ਸੀ ਬਹੁਤ ਜ਼ਿਆਦਾ, ਆਪਦੇ ਸਮੇਂ ਨੂੰ ਪਹਿਲਾਂ ਦਾ ਸੀ। ਅਮਰ ਸਿੰਘ ਚਮਕੀਲੇ ਬਾਰੇ ਲੋਕ ਜੋ ਮਰਜ਼ੀ ਕਹਿ ਲੈਣ, ਪਰ ਜੋ ਅਮਰ ਸਿੰਘ ਚਮਕੀਲੇ ਦੇ ਵਿੱਚ ਸੀ ਉਹ ਕਿਸੇ ਨੇ ਵਾਚਿਆ ਹੀ ਨਹੀਂ ਅੱਜ ਤੱਕ। ਅਮਰ ਸਿੰਘ ਚਮਕੀਲੇ ਦੇ ਅੰਦਰ ਇੱਕ ਬਹੁਤ ਵੱਡਾ ਸਾਹਿਤਕਾਰ ਬੈਠਾ ਸੀ। ਚਮਕੀਲਾ ਕਿਤੇ ਲਿਖਦਾ ਹੈ, ਕਹਿੰਦਾ ਤੂੰ ਸਰਗੀ ਦੇ ਤਾਰੇ ਵਰਗੀ, ਹੁਸਨ ਸੋਨੇ ਦੀਆਂ ਡਲੀਆਂ, ਚਾਂਦੀ ਵਰਗਾ ਨਰਮ ਪਿੰਡਾਂ ਨੀ, ਮੋਮ ਵਰਗੀਆਂ ਤਲੀਆਂ, ਤੇਲ ਹਿਜ਼ਰ ਦਾ, ਗਮ ਦੀ ਭੱਠੀ, ਹੰਝੂਆਂ ਦੇ ਫੁੱਲ ਤਲ ਹੈ। ਚਮਕੀਲੇ ਦਾ ਕੋਈ ਵੀ ਐਲ ਪੀ ਰਿਕਾਰਡ ਲੈ ਲਓ, ਉਹਦੇ 'ਚ ਇੱਕ ਨਸਬੰਦੀ ਦੀ ਗੱਲ ਸੀ, ਇੱਕ ਨਸ਼ਿਆਂ ਦੇ ਖਿਲਾਫ ਗੱਲ ਸੀ। ਇਹ ਵੇਖਣਾ ਅਸੀਂ ਹੈ ਵੀ ਅਸੀਂ ਉਹਨੂੰ ਕਿਹੜੇ ਪਾਸੇ ਢਾਲ ਰਹੇ ਹਾਂ। ਜਦੋਂ ਰਣਜੀਤ ਕੌਰ ਕਹਿੰਦੀ ਹੈ ਨਾ, ਪਿੰਡ ਵਿੱਚ ਭੰਗ ਪੁੱਜਦੀ, ਪਿੰਡੋਂ ਬਾਹਰਲੀ ਸੜਕ, ਗੱਭਰੂ ਜਵਾਨ ਮੁੰਡੇ ਪੱਟ ਦਿੱਤੇ ਨਸ਼ਿਆਂ ਨੇ, ਲਹੂ ਦਾ ਰਿਹਾ ਨਾ ਵਿੱਚ ਤੇਪਾ, ਵੀ ਪਿੰਡ ਵਿੱਚ ਭੰਗ ਪੁੱਜਦੀ, ਪਿੰਡੋਂ ਬਾਹਰਲੀ ਸੜਕ 'ਤੇ ਠੇਕਾ, ਉਹਦਾ ਪੋਜ਼ਿਟਿਵ ਐਂਗਲ ਹੈ। ਜਦੋਂ ਉਹਦੇ ਜਵਾਬ ਦੇ ਵਿੱਚ ਜਵਾਬ ਮਿਲਦਾ ਉਹ ਨੈਗੇਟਿਵ ਹੈ। ਇਹ ਅਸੀਂ ਸੋਚਣਾ ਵੀ ਅਸੀਂ ਪੋਜ਼ਿਟਿਵ ਲੈਣਾ ਕਿ ਨੈਗੇਟਿਵ ਲੈਣਾ। ਜੋੜਾਂ ਵਿੱਚ ਬਹਿ ਗਿਆ ਜੱਟ ਦੇ, ਰਾਮ ਦੀ ਹੱਟੀ ਦਾ ਜੱਟ ਤੇ ਐਂ ਬ੍ਰੈਂਡ ਬ੍ਰੈਂਡ ਵੀ ਦੱਸਿਆ ਵਾ ਵੀ ਆਹ ਬੈਠਾ। ਉਹ ਜੋ ਉਸ ਵੇਲੇ ਚੱਲਦਾ ਸੀ ਉਹ ਵਿੱਚ ਪਾਉਣਾ ਸੀ। ਹਾਂ ਮਤਲਬ ਇਹ ਤਾਂ ਹੈ, ਕੋਈ ਆਪਾਂ ਐਂ ਨਹੀਂ ਵੀ ਉਹਨਾਂ ਨੂੰ ਕੋਈ ਐਂ ਕਹਿ ਰਿਹਾ ਵੀ ਉਹ ਐਂ ਕਿਉਂ ਗਾ ਗਏ। ਉਹ ਤਾਂ ਜੋ ਉਸ ਵੇਲੇ ਮਸ਼ਹੂਰੀ ਸੀ ਜਿਸ ਚੀਜ਼ ਦੀ ਉਹਦੇ ਨਾਲ ਐਡ ਹੋਣੀ ਸੀ। ਹਾਂ ਵੀ ਜੇ ਹੁਣ ਕੋਈ ਗਾਊਗਾ ਤਾਂ ਹੁਣ ਵਾਲੇ ਜਿਹੜੇ ਬ੍ਰੈਂਡ ਆ ਉਹਦੇ ਗੱਲ ਕਰ ਦੂਗਾ, ਪਰ ਉਹਨਾਂ ਨੇ ਇੱਕ ਗੱਲ ਕਰਨੀ ਸੀ। ਤੁਹਾਡਾ ਕਹਿੰਦਾ ਮਤਲਬ ਆ ਵੀ ਦੋਨੀ ਪੱਖ ਸੀ, ਉਹ ਪੱਖ ਅਸੀਂ ਸੋਚਣਾ, ਸਰੋਤੇ ਨੇ ਸੋਚਣਾ ਵੀ ਕਿਹੜੇ ਪੱਖ ਤੋਂ ਲੈਣਾ ਇਸ ਗੱਲ। ਨਸ਼ੇ ਦਾ ਵੀ ਫਿਰ ਇਹ ਐਂਗਲ ਹੈ ਜਿਹੜਾ ਪਹਿਲਾਂ ਗੀਤਾਂ ਦੇ ਵਿੱਚ ਆਉਂਦਾ ਰਿਹਾ ਹੈਗਾ। ਉਸ ਵੇਲੇ ਜਿਹੜਾ ਅਫੀਮ ਚੀ ਸੀ ਜਾਂ ਇੱਕ ਸਾਡੇ ਅਮਲੀ ਸੀ, ਉਹ ਸਾਡਾ ਪਾਤਰ ਸੀ, ਇੱਕ ਪੇਂਡੂ ਪਾਤਰ ਸੀ, ਔਰ ਪਾਤਰ ਗੀਤਾਂ 'ਚ ਵਿਚਰੇ। ਪਰ ਇਹ ਗੱਲ ਦਾ ਸ਼ਾਇਦ ਜਵਾਬ ਮੈਨੂੰ ਤੁਹਾਡੇ ਤੋਂ ਹੀ ਮਿਲ ਸਕਦਾ। ਉਦੋਂ ਇਹ ਪਾਤਰ ਆ ਜਿਹੜਾ, ਇਹਨੂੰ ਐਂ ਗਲੋਰੀਫਾਈ ਕੀਤਾ ਗਿਆ ਸੀ ਜਿਵੇਂ ਹੁਣ ਦੇ ਗੀਤਾਂ 'ਚ ਜਿਵੇਂ ਕੋਈ ਫੀਮ ਖਾਣ ਵਾਲਾ ਜਾਂ ਪੈਗ ਲਾਉਣ ਵਾਲਾ, ਜਾਂ ਉਦੋਂ ਇਹ ਕੋਈ ਤਰਸਦਾ, ਜਿਵੇਂ ਮੈਂ ਪੁਰਾਣੀਆਂ ਫਿਲਮਾਂ ਦੇਣਾ ਜਿਹ 'ਚ ਵਿੱਚ ਅਮਲੀ ਹੁੰਦਾ ਸੀ, ਉਹਦੀ ਆਵਾਜ਼ ਆ ਉਹ ਨੱਕ ਜੇ 'ਚੋਂ ਬੋਲਦਾ ਹੋਊਗਾ, ਐਂ ਹੋ ਰਹੀ ਐਂ ਝੀੜਿਆ ਜਾਂ ਬੈਠਾ ਹੋਊਗਾ। ਉਹ ਬਹੁਤ ਵੱਡਾ ਵਿਸ਼ਾ ਇਹ, ਇਹਦੇ 'ਤੇ ਗੱਲ ਬੜੀ ਵੱਡੀ ਕੀਤੀ ਜਾ ਸਕਦੀ ਹੈ। ਇਸ ਵਿਸ਼ੇ 'ਤੇ ਗੱਲ ਕਰਨ ਵਾਸਤੇ ਪਹਿਲਾਂ ਪੰਜਾਬ ਦੀ ਜੋਗ੍ਰਾਫੀ ਨੂੰ ਪੜ੍ਹਨਾ ਪਊ, ਪੰਜਾਬ ਦੇ ਇਤਿਹਾਸ ਨੂੰ ਪੜ੍ਹਨਾ ਪਊ। ਉਸ ਵੇਲੇ ਕੀ ਹੁੰਦਾ ਸੀ, ਇੱਕ ਘਰ ਦੇ ਵਿੱਚ 5-7 ਮੁੰਡੇ ਹੁੰਦੇ, ਜਿੰਨੀ ਕੁ ਜ਼ਮੀਨ ਹੁੰਦੀ ਉਹ ਜ਼ਮੀਨ ਦੇਖ ਕੇ ਰਿਸ਼ਤੇ ਹੁੰਦੇ। ਇੱਕ ਨੂੰ ਰਿਸ਼ਤਾ ਹੋ ਗਿਆ, ਇੱਕ ਛੋਟਾ ਰਹਿ ਗਿਆ, ਇੱਕ ਵੱਡਾ ਰਹਿ ਗਿਆ। ਜਿਹੜਾ ਵੱਡਾ ਰਹਿ ਗਿਆ ਉਹਨੂੰ ਤਾਂ ਮੁੜ ਕੇ ਰਿਸ਼ਤਾ ਹੀ ਨਹੀਂ ਹੋਣਾ, ਉਹ ਪਹਿਲਾਂ ਤਾਂ ਛੜਾ ਬਣ ਗਿਆ, ਫਿਰ ਉਹ ਜੇਠ ਬਣ ਗਿਆ, ਠੀਕ ਹੈ। ਸਾਰੀ ਉਮਰ ਉਹਨੂੰ ਘਰ ਵਾਲੀ ਨਹੀਂ ਜੋੜਨੀ, ਉਹ ਇੱਕ ਐਸਾ ਪੁਆਇੰਟ ਆਉਂਦਾ ਸੀ ਉਹ ਅਫੀਮ ਚੀ ਜਾਂ ਨਸ਼ੇੜੀ ਬਣ ਜਾਂਦਾ ਸੀ। ਜੜ ਹੈ ਇਹ ਤਾਂ, ਮਤਲਬ ਆਪਾਂ ਨੂੰ ਵਾਚ ਤਾਂ ਖੁਦ ਆਪਾਂ ਕਰਨਾ ਨਾ, ਮਜਬੂਰੀ ਆ। ਇਹ ਵੀ ਮੈਂ ਬਾਈ ਜੀ ਠੀਕ ਆ ਵੀ ਤੁਹਾਡੀ ਇਹ ਵੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਨਾਲ ਆਪਦੇ ਵੀ ਜਿਵੇਂ ਮੇਰੀਆਂ ਬਹੁਤ ਸਕੀਰੀਆਂ ਜਿਹੜੀਆਂ ਮੁਕਤਸਰ ਹੈ, ਮੈਂ ਉੱਥੇ ਸਰਦੇ ਵਰਦੇ ਜਿਹੜੇ ਮਤਲਬ ਜਿਨ੍ਹਾਂ ਦੇ ਕੋਲ ਜ਼ਮੀਨਾਂ ਹੀ ਇੰਨੀਆਂ ਜ਼ਿਆਦਾ ਉਹਨਾਂ ਨੂੰ ਵੀ ਦੇਖਿਆ ਬੈਲਾ। ਦੇਖੋ ਉਹ ਇੱਕ ਬਹੁਤੀ ਵੱਡੀ ਗੱਲ ਨਹੀਂ, ਜੇ 10 ਕੇਸ ਜੈਨੂਅਨ ਹੈ ਤਾਂ 5 ਉਹਨਾਂ ਦੇ ਨਾਲ ਜੁੜ ਕੇ ਦੂਸਰੇ ਵੀ ਹੋ ਜਾਂਦੇ ਹੈ। ਉਹ ਐਂ ਤਾਂ ਨਹੀਂ ਸੀਗਾ ਨਾ ਵੀ ਜਿਵੇਂ ਉਹ ਇੱਕ ਫਿਲਮ ਦੇਖੀ ਸੀਗੀ, ਉਹ ਕੋਈ ਮੇਅਰ ਮਿੱਤਰ ਕੋਲ ਆਉਂਦਾ, ਉਹਨੂੰ ਕਹਿੰਦਾ ਵੀ ਵੀ ਅਸੀਂ ਥੋੜ੍ਹਾ ਜਿਹਾ ਥੋੜ੍ਹੀ ਫੀਮ ਖਾ ਲਾ ਭਤੀਜ,
ਮੇਰੇ ਮਿੱਤਰ ਉਹਨੂੰ ਕਹਿੰਦਾ, ਉਹ ਕਹਿੰਦਾ ਚਾਚਾ ਆਦਤ ਨਾ ਪੈ ਜਾਏ। ਕਹਿੰਦਾ ਯਾਰ ਮੈਨੂੰ 20 ਸਾਲ ਹੋ ਗਏ ਖਾਂਦੇ ਨੂੰ, ਮੈਨੂੰ 20 ਸਾਲ ਦੀ ਨਹੀਂ ਆਦਤ ਪਈ, ਤੈਨੂੰ ਪੈ ਜੂ ਹੈ। ਤੋ ਮੈਂ ਇਹ ਵੀ ਪੁੱਛਦਾ ਵੀ ਕਿਤੇ ਇਹ ਤਾਂ ਨਹੀਂ ਵੀ ਉਹ ਵੀ ਲਾਉਣ 'ਚ ਬਾਬਾ ਪਾਤਰ ਤਾਂ ਅਮਲੀ ਸੀ, ਇਹਦੇ 'ਚ ਤਾਂ ਕੋਈ ਦੂਰਾਵਾਂ ਨਹੀਂ, ਪਰ ਕਿਤੇ ਉਹਦੀ ਮਜਬੂਰੀ ਸੀ, ਬਹੁਤੀਆਂ ਥਾਵਾਂ 'ਤੇ ਮਜਬੂਰੀ ਸੀ ਉਹ ਪਾਤਰ ਬਣ ਜਾਣਾ। ਠੀਕ ਹੈ, ਬਹੁਤੀਆਂ ਥਾਵਾਂ 'ਤੇ ਆਪ ਵੀ ਬਣੇ।